ਜਥੇਬੰਦੀ ਪੰਜਾਬੀਆਂ ਦਸਵੇਂ ਦੇ ਅਕਾਲੀ ਦਲ ਨੂੰ ਜਿਤਾਉਣ ਦਾ ਫੈਸਲਾ। ਸਾਰਾ ਸਮੂਹ ਲੋਟੇ ਪਰਿਵਾਰ, ਔਰ ਲੋਟੇ ਪਰਿਵਾਰ ਦੇ ਨਾਲ ਤਕਰੀਬਨ 40 ਤੋਂ 50 ਜਿਹੜੇ ਨੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਨ ਵਧਾਉਣ ਵਾਸਤੇ ਸ਼ਾਮਿਲ ਹੋਏ ਨੇ। ਬਿਲਕੁਲ ਕੀਤੇ ਨੇ ਜੀ, ਔਰ ਸਾਹਮਣੇ ਦੇਖਦੇ ਆ ਤੁਸੀਂ 10 ਸਾਲ ਦੇ ਵਿੱਚ, ਜਿਹੜਾ 5 ਸਾਲ ਦਾ ਕਾਂਗਰਸ ਦਾ ਸਮਾਂ ਦੇਖ ਲਓ, ਔਰ ਗਾਂ ਜਿਹੜਾ 2.5 ਸਾਲ ਦਾ ਝਾੜੂ ਦਾ ਸਮਾਂ ਦੇਖ ਲਓ, 7.5 ਸਾਲ ਦੇ ਵਿੱਚ ਤੁਸੀਂ ਦਿਖਾ ਦਿਓ ਕਿਹੜੇ ਕੰਮ ਹੋਏ ਨੇ, ਔਰ ਜਿਹੜੇ ਕੋਈ ਕੰਮ ਹੋਏ ਨੇ ਉਹ ਜਿਹੜੇ ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਕਲੇ ਆ ਉਹਦੇ ਵਿੱਚ ਹੀ ਕੰਮ ਸਾਰੇ ਹੋਏ ਆ, ਉਸ ਤੋਂ ਇਲਾਵਾ ਸਾਨੂੰ ਤਾਂ ਕੋਈ ਦਿਖ ਨਹੀਂ ਰਿਹਾ। ਅੱਜ ਕਿੰਨੇ ਮੈਂਬਰਾਂ ਨੇ ਸਾਰੇ ਅਕਾਲੀ ਦਲ ਦੇ ਵਿੱਚ? ਤਕਰੀਬਨ 60 ਦੇ ਕਰੀਬ ਮੈਂਬਰ ਜਿਹੜੇ ਆ ਸ਼ਾਮਿਲ ਹੋਏ। ਕੌਂਸਲਰ ਪਰਿਵਾਰ ਦੇ ਸਾਥੀ ਜਿਹੜੇ ਨਾਲ ਦੇ ਨੇੜੇ ਦੇ ਸਾਥੀ ਸਾਰੇ ਸ਼ਾਮਿਲ ਹੋਏ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਔਰ ਪੰਥ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਸਾਡੇ ਸਤਿਕਾਰਯੋਗ ਵੀਰ ਇੰਦਰਜੀਤ ਸਿੰਘ ਜੀ ਲੋਟੇ ਔਰ ਸਾਡੀ ਭੈਣ ਸਰਬਜੀਤ ਕੌਰ ਲੋਟੇ ਕੌਂਸਲਰ ਸਾਹਿਬ ਜਿਹੜੇ ਲੰਮੇ ਸਮੇਂ ਤੋਂ ਇਸ ਇਲਾਕੇ 'ਚ ਸੇਵਾ ਕਰ ਰਹੇ ਸੀ, ਔਰ ਆ ਬੜੀ ਵੱਡੀ ਗੱਲ ਹੈ ਕਿ 1 ਵਜੇ ਤੋਂ ਲੈ ਕੇ ਸੰਗਤ ਇਸ ਪਰਿਵਾਰ ਦੇ ਪਿਆਰ ਦੀ ਬੰਨੀ ਹੋਈ, ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ, ਉਹਨਾਂ ਦੇ ਵਿਚਾਰ ਸੁਣਨ ਲਈ ਇੱਥੇ ਨਿੱਠ ਕੇ ਬੈਠੇ ਰਹੇ ਆ। ਇਹ ਅੱਜ ਬੜਾ ਵੱਡਾ ਇੱਕ ਇਤਿਹਾਸਕ ਪਲ ਹੈ। ਸਰਦਾਰ ਰਣਜੀਤ ਸਿੰਘ ਢਿੱਲੋਂ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਬੜਾ ਵੱਡਾ ਹੁਲਾਰਾ ਮਿਲਿਆ। ਸਾਡੇ ਇਸ ਵਿਧਾਨ ਸਭਾ ਹਲਕਾ ਆਤਮਨਗਰ ਔਰ ਦੱਖਣੀ ਦੇ ਵਿੱਚੋਂ ਇੰਦਰਜੀਤ ਸਿੰਘ ਜੀ ਔਰ ਉਹਨਾਂ ਦੇ ਪਰਿਵਾਰ ਦੇ ਸ਼ਮੂਲੀਅਤ ਕਰਨ ਦੇ ਨਾਲ ਇਸ ਇਲਾਕੇ 'ਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਜੇਤੂ ਲੀਡ ਵੱਲ ਨੂੰ ਅੱਜ ਹੀ ਚੱਲ ਪਿਆ, ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੁਨੇਹਾ ਲੈ ਕੇ ਅਸੀਂ ਹੁਣ ਘਰ ਘਰ ਜਾ ਕੇ ਲੋਟੇ ਪਰਿਵਾਰ ਔਰ ਸਮੁੱਚੇ ਇਹਨਾਂ ਦੇ ਸਮਰਥਕ ਜਿੰਨੇ ਸ਼ਾਮਿਲ ਹੋਏ ਆ, ਮੈਂ ਸਾਰਿਆਂ ਨੂੰ ਜੀਆਂ ਨੂੰ ਵੀ ਕਹਿਣਾ ਔਰ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਸਾਰੇ ਸੱਜਣਾਂ ਕੋਲੋਂ ਮਾਫ਼ੀ ਵੀ ਮੰਗਦਾ ਜਿਨ੍ਹਾਂ ਕੋਲੋਂ ਪ੍ਰਧਾਨ ਸਾਹਿਬ ਨੂੰ ਮੈਂ ਸਨਮਾਨ ਨਹੀਂ ਦਵਾ ਸਕਿਆ, ਕਿਉਂਕਿ ਪ੍ਰੋਗਰਾਮ ਇੰਨੇ ਜ਼ਿਆਦਾ ਸੀ ਔਰ ਇਕੱਠ ਐਡਾ ਵੱਡਾ ਹੋ ਗਿਆ ਸੀ, ਅਤੇ ਇਸ ਗੱਲ ਦੀ ਵੀ ਮਾਫ਼ੀ ਮੰਗਦਾ ਕਿ ਹੋ ਸਕਦਾ ਪ੍ਰਬੰਧਾਂ 'ਚ ਸਾਡੇ ਕੋਲੋਂ ਕੋਈ ਘਾਟ ਰਹਿ ਗਈ ਹੋਵੇ। ਕਿੰਨੇ ਪਰਿਵਾਰ ਜਿਹੜੇ ਨੇ ਅੱਜ ਸ਼ਾਮਿਲ ਹੋਏ? ਕਰੀਬ 60 ਪਰਿਵਾਰ ਜਿਹੜੇ ਸ਼੍ਰੋਮਣੀ ਅਕਾਲੀ ਸ਼ਾਮਿਲ ਵੀ ਹੋਏ ਆ, ਔਰ ਕੁਛ ਪਰਿਵਾਰਾਂ ਨੇ ਘਰ ਵਾਪਸੀ ਵੀ ਕੀਤੀ ਹੈ। ਅਸੀਂ ਦੋਵੇਂ ਪਰਿਵਾਰਾਂ ਨੂੰ ਜੀਆਂ ਨੂੰ ਕਹਿੰਦੇ ਹਾਂ, ਔਰ ਇਹ ਤੁਸੀਂ 60 ਪਰਿਵਾਰ ਨਾ ਮੰਨ ਕੇ ਚੱਲੋ, ਇਹ ਹੈ ਵੀ ਜਿਹੜਾ ਇਹ ਵਾਰਡ ਹੈ ਔਰ ਇਹਦੇ ਵਾਰਡ ਦੇ ਨਾਲ ਲੱਗਦੇ ਘੱਟੋ ਘੱਟ 7 ਜਾਂ 8 ਵਾਰਡ ਹੋਰ ਦੋਵੇਂ ਪਾਸਿਆਂ ਦੇ, ਸਾਊਥ ਔਰ ਆਤਮਨਗਰ ਦੇ, ਜਿੱਥੇ ਰੂਬੀ ਜੀ ਦਾ ਆਪਣਾ ਪ੍ਰਭਾਵ ਹੈ, ਉਹ ਸਾਰਿਆਂ ਨੇ ਅੱਜ ਸ਼ਮੂਲੀਅਤ ਕੀਤੀ ਹੈ, ਔਰ ਉਸ ਕਰਕੇ ਇੱਕ ਬੜਾ ਵੱਡਾ ਸਾਡਾ ਇਸ ਇਲਾਕੇ 'ਚ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਤੋਂ ਤਾਕਤਵਰ ਹੋਇਆ। ਮੈਂ ਮੀਡੀਆ ਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।